ਹੈਲੋ एवरीवन वेलकम बैक टू माय चैनल होप ਸਤ ਸਾਰੇ ਆਨੇ ਵਧੀਆ ਹੋਣਗੇ ਤਾਂ ਅੱਜ ਕੱਲ ਕਰਾਂਗੇ +2 ਦੇ ਸਰਟੀਫਿਕੇਟ ਨੂੰ ਲੈ ਕੇ ਜਿਹੜਾ ਪੰਜਾਬ ਬੋਰਡ ਦਾ ਸਰਟੀਫਿਕੇਟ ਆਣਾ ਹੈ ਬੋਰਡ ਦਾ ਉਹਦੇ ਸਰਟੀਫਿਕੇਟ ਨੂੰ ਲੈ ਕੇ ਤੇ ਗੱਲ ਕਰਾਂਗੇ ਜਿਹੜੇ ਹੁਣ +2 ਦੇ ਪੇਪਰ ਹੋਏ ਸੀਗੇ ਬੋਰਡ ਦੀ ਕਲਾਸਿਸ ਦੇ ਪੇਪਰ ਹੋਏ ਸੀ ਉਹਨਾਂ ਦੇ ਰਿਲੇਟਿਡ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਈਵਰਸ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲੀ ਅਪਡੇਟ ਦੇ ਨਾਲ ਵੀ ਉਹ ਜੁੜ ਸਕਣ ਤਾਂ ਪਹਿਲਾਂ ਗੱਲ ਕਰ ਲੈਣੇ ਹਾਂ ਜਿਹੜੇ ਹੁਣ +2 ਦੇ ਪੇਪਰ ਹੋਏ ਸੀ ਉਹਨਾਂ ਬਾਰੇ ਕੀ ਅਪਡੇਟ ਹੈ ਇਹ ਲੈਟਰ ਆਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹਦੇ ਵਿੱਚ ਲਿਖਿਆ ਗਿਆ ਹੈ ਕਿ 12ਵੀਂ 10ਵੀਂ ਪ੍ਰੀਖਿਆ April 2022 ਦੀਆਂ ਉੱਤਰ ਪੱਤਰਾਂ ਦੇ ਮੁਲਾਂਕਣ ਸੰਬੰਧੀ ਉਪਰੋਕਤ ਵਿਸ਼ੇ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਲਿਖ ਕੇ ਭੇਜਿਆ ਜਾਂਦਾ ਹੈ ਕਿ 12ਵੀਂ 10ਵੀਂ ਪ੍ਰੀਖਿਆ April 2022 ਦੀਆਂ ਉੱਤਰ ਪੱਤਰੀਆਂ ਦੀ ਮਾਰਕਿੰਗ ਚੱਲ ਰਹੀ ਹੈ ਕਿਸੇ ਵੀ ਕਰਮਚਾਰੀ ਦੀ ਮਾਰਕਿੰਗ ਤੇ ਡਿਊਟੀ ਲੱਗਦੀ ਹੈ ਤਾਂ ਉਹ ਤੁਰੰਤ ਫਾਰਕ ਕਰਦੇ ਹੋਏ ਉੱਤਰ ਪੱਤਰੀਆਂ ਦੀ ਮਾਰਕਿੰਗ ਨੂੰ ਪਹਿਲ ਦਿੰਦੇ ਹੋਏ ਫਾਰਕ ਕੀਤਾ ਜਾਵੇ ਕਿਹੜੇ ਜਿਹੜੇ ਕਰਮਚਾਰੀਆਂ ਦੀਆਂ ਡਿਊਟੀਆਂ ਪੇਪਰ ਮਾਰਕਿੰਗ ਵਿੱਚ ਲੱਗੀਆਂ ਹਨ ਉਹਨਾਂ ਦੀ ਸਟੇਸ਼ਨ ਲੀਵ ਮਨਜ਼ੂਰ ਨਾ ਕੀਤੀ ਜਾਵੇ ਇਸ ਨੂੰ ਬਤੀ ਜ਼ਰੂਰੀ ਸਮਝਿਆ ਜਾਵੇ ਜਿਹੜਾ ਤੁਹਾਡਾ ਰਿਜ਼ਲਟ ਹੈ ਪਲੱਸ 2 ਦਾ ਉਹੋ ਜਲਦੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਆਪਣਾ ਸੈਸ਼ਨ ਹੈ ਇਹ ਅੱਗੇ ਤੁਸੀਂ ਕਾਲਜ ਜਿਹੜਾ ਐਡਮਿਸ਼ਨ ਲੈਣੀ ਹੈ ਠੀਕ ਹੈ ਤਾਂ ਉਹਦਾ ਸੈਸ਼ਨ ਪ੍ਰੋਪਰ ਵੀ ਨਾਲ ਸ਼ੁਰੂ ਹੋ ਸਕੇ ਤਾਂ ਇਸ ਲਈ ਜਿਹੜਾ ਰਿਜ਼ਲਟ ਆਣਾ ਹੈ ਪਲੱਸ 2 ਦਾ ਖਾਸ ਕਰਕੇ ਪਲੱਸ 2 ਦਾ ਉਹਨੂੰ ਜਲਦੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਿਜ਼ਲਟ ਪ੍ਰੋਪਰ ਟਾਈਮ ਤੇ ਬੱਚਿਆਂ ਤੱਕ ਪਹੁੰਚ ਸਕੇ ਤਾਂ ਕਿ ਉਹ ਅੱਗੇ ਆਪਣੀ ਫਰਦਰ ਐਡਮਿਸ਼ਨ ਕਰਵਾ ਸਕਣ ਇਹਦੇ ਨਾਲ ਨਾਲ ਜੇ ਪਲੱਸ 2 ਕਲਾਸ ਆਏਗਾ ਤਾਂ ਉਸਾਰਿਆਂ ਨੂੰ ਪਤਾ ਹੀ ਹੈ ਤਾਂ 10th ਦਾ ਵੀ ਨੇੜੇ ਤੇੜੇ ਉਹਦੇ ਰਿਜ਼ਲਟ ਆ ਜਾਂਦਾ ਹੈ ਬਾਕੀ ਬੋਰਡੀਆਂ ਕਲਾਸਿਸ ਦਾ ਵੀ ਆ ਜਾਂਦਾ ਹੈ ਤਾਂ ਬਾਕੀ ਆ ਇਸ ਲਈ ਹੁਣ ਫਿਰ ਆਪਾਂ ਨੂੰ ਇਹ ਕੀ ਪਤਾ ਲੱਗਦਾ ਹੈ ਕਿ ਇਤੋਂ ਕਿ ਜਿਹੜੇ ਜਿਹੜੇ ਟੀਚਰਸ ਜੀ ਡਿਊਟੀ ਲਗਣੀ ਹੈ ਪੇਪਰ ਚੈਕਿੰਗ ਦੇ ਉਤੇ ਉਹਨਾਂ ਦੀਆਂ ਲੀਵਸ ਨੂੰ ਬੋਰਡ ਨੇ ਕਹਿ ਦਿੱਤਾ ਹੈ ਕਿ ਮਨਜ਼ੂਰ ਨਾ ਕੀਤਾ ਜਾਵੇ ਕੋਈ ਵੀ ਜੇ ਉਹਨਾਂ ਦੀ ਸਟੇਸ਼ਨ ਲੀਵ ਹੈ ਉਹਨੂੰ ਮਨਜ਼ੂਰ ਨਾ ਕੀਤਾ ਜਾਵੇ ਤਾਂ ਕਿ ਕੋਈ ਵੀ ਜਿਹੜਾ ਤੁਹਾਡੇ ਮਾਰਕਿੰਗ ਹੋਣੀ ਹੈ ਪੇਪਰਾਂ ਦੀ ਉਹਦੇ ਵਿੱਚ ਰਿਜ਼ਲਟ ਦੇ ਵਿੱਚ ਡਿਕਲੇਅਰ ਰਿਜ਼ਲਟ ਡਿਕਲੇਅਰ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਤਾਂ ਰਿਜ਼ਲਟ ਪਿੱਛੇ ਨਾ ਜਾਵੇ ਟਾਈਮ ਨਾਲ ਡਿਕਲੇਅਰ ਕਰ ਦਿੱਤਾ ਜਾਵੇ ਠੀਕ ਹੈ ਤਾਂ ਦੂਜੀ ਅਪਡੇਟ ਤੁਹਾਡੇ ਰਿਜ਼ਲਟ ਰਿਲੇਟਿਡ ਇਹ ਸੀਗੀ ਸਿੱਖਿਆ ਬੋਰਡ ਵੱਲੋਂ 30 ਅਪ੍ਰੈਲ ਤੇ 1 ਮਈ ਨੂੰ ਕਰਵਾਈ ਪ੍ਰੀਖਿਆ ਦਾ ਨਤੀਜਾ 25 ਮਈ ਨੂੰ ਵੈੱਬਸਾਈਟ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ 3 ਮਹੀਨੇ ਬਾਅਦ ਮੈਟ੍ਰਿਕਿਉਲੇਸ਼ਨ ਪੱਧਰੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਕਰਵਾਈ ਜਾਂਦੀ ਹੈ 30 ਅਪ੍ਰੈਲ ਤੇ 1 ਮਈ ਨੂੰ ਕਰਵਾਈ ਗਈ ਉੱਚ ਉਚੇਚੀ ਪ੍ਰੀਖਿਆ ਦਾ ਨਤੀਜਾ 25 ਮਈ ਨੂੰ 25 ਮਈ ਨੂੰ ਬਾਅਦ ਦੁਪਹਿਰ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਉਪਲਬਧ ਹੋਵੇਗਾ ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਪ੍ਰੀਖਿਆ ਲਈ ਕੁੱਲ 964 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਫਾਰਮ ਭਰੇ ਸੰਤ 860 ਪ੍ਰੀਖਿਆਰਥੀ ਪ੍ਰੀਖਿਆ ਦੇ ਹਾਜ਼ਰ ਹੋਏ ਜਾਨ ਇਹ ਉਹ ਵਾਲੀ ਪ੍ਰੀਖਿਆ ਹੈ ਜਿਹੜੀ ਮੈਟ੍ਰਿਕਿਉਲੇਸ਼ਨ ਦੇ ਮਤਲਬ ਕਿ ਮੈਟ੍ਰਿਕਿਉਲੇਸ਼ਨ ਲਈ ਜਿਹੜੇ ਪੇਪਰ ਹੁੰਦਾ ਹੈ ਸਿਰਫ ਪੰਜਾਬੀ ਦਾ ਪੇਪਰ ਹੁੰਦਾ ਹੈ ਜਿਹੜਾ ਕਿ ਆਪਣਾ ਹੋਇਆ ਸੀਗਾ 3 ਅਪ੍ਰੈਲ ਤੇ 1 ਮਈ ਨੂੰ ਉਹਦਾ ਰਿਜ਼ਲਟ ਹੈ ਜਿਹੜਾ ਉਹ 25 ਮਈ ਨੂੰ ਵੈਬਸਾਈਟ ਤੇ ਤੁਹਾਨੂੰ ਮਿਲ ਜਾਏਗਾ ਠੀਕ ਹੈ ਤੇ ਹੁਣ ਸਰਟੀਫਿਕੇਟ ਦੇ ਰਿਲੇਟਡ ਕੀ ਸੀਗਾ ਜਿਹੜੇ ਪਿਛਲੇ ਸਾਲ ਪਲੱਸ 2 ਜਿਨ੍ਹਾਂ ਨੇ ਕੀਤੀ ਸੀ ਉਹਨਾਂ ਦਾ ਮਤਲਬ ਕੋਰੋਨਾ ਦੇ ਵਿੱਚ ਜਿਨ੍ਹਾਂ ਨੇ ਕੀਤੀ ਹੈ ਜਾਂ ਫਿਰ ਜਿਨ੍ਹਾਂ ਨੂੰ ਡਿਜੀ ਲਾਕਰ ਤੋਂ ਸਰਟੀਫਿਕੇਟ ਮਿਲਿਆ ਸੀ ਉਹਨਾਂ ਦਾ ਕਹਿ ਰਹੇ ਸੀ ਕਿ ਬੋਰਡ ਵੱਲੋਂ ਸਰਟੀਫਿਕੇਟ ਇਸ਼ੂ ਹੋਣਗੇ 800 ਫੀਸ ਲੱਗੇਗੀ ਬਟ ਫਿਰ ਸਰਕਾਰ ਨੇ ਕਹਿਆ ਸੀਗਾ ਕਿ 800 ਦੀ ਜਗ੍ਹਾ ਤੇ ਸਿਰਫ 100 ਰੁਪੀ ਫੀਸ ਲੱਗੇਗੀ 100 ਰੁਪਿਆ ਫੀਸ ਲੱਗੇਗੀ ਹੁਣ ਇਸ ਜਿਹੜਾ ਦਾਵਾ ਹੈ ਇਹਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਾਰਿਸ ਕੀਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀ ਕੀਤਾ ਹੈ ਸਰਕਾਰ ਦੇ ਐਲਾਨ ਦੇ ਬਾਵਜੂਦ ਵੀ ਸਿੱਖਿਆ ਬੋਰਡ ਨੇ ਨਹੀਂ ਕਟਾਈ ਸਰਟੀਫਿਕੇਟ ਫੀਸ 100 ਰੁਪਏ ਦੀ ਥਾਂ ਵੀ ਬਾਗ ਲੈ ਰਿਹਾ ਹੈ 800 ਰੁਪਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀ ਕਿ ਵਿਦਿਆਰਥੀਆਂ ਦੇ ਲੁੱਟ ਲਗਾਤਾਰ ਜਾਰੀ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟ ਲੈਣ ਲਈ 800 ਰੁਪਏ ਫੀਸ ਅਦਾ ਕਰਨੀ ਪੈ ਰਹੀ ਹੈ। ਸੂਬਾ ਸਰਕਾਰ ਵੱਲੋਂ ਇਹ ਫੀਸ 100 ਰੁਪਏ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਐਲਾਨ ਹੀ ਬੰਨ ਕੇ ਰਹਿ ਗਿਆ। ਦੱਸਣਾ ਬੰਦਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰੀਬ 10 ਸਾਲ ਪਹਿਲਾਂ 10ਵੀਂ ਅਤੇ 12ਵੀਂ ਦੇ ਸਰਟੀਫਿਕੇਟ ਆਨਲਾਈਨ ਡਿਜੀ ਲਾਕਰਾਂ 'ਈ ਭੇਜਣ ਦਾ ਫੈਸਲਾ ਕੀਤਾ ਗਿਆ ਸੀ ਪਰ ਸਰਕਾਰੀ ਤੇ ਤੇ ਖਾਸ ਅਤੇ ਖਾਸ ਕਰਕੇ ਪਾਸਪੋਰਟ ਦਫਤਰ ਇਨਾ ਸਰਟੀਫਿਕੇਟਾਂ ਨੂੰ ਮਾਨਤਾ ਦਿੰਦੇ ਨਾ ਦਿੰਦੇ ਹੋਏ ਅਸਲੀ ਸਰਟੀਫਿਕੇਟ ਦੀ ਮੰਗ ਕਰਦੇ ਹਨ ਜਿਸ ਕਰਕੇ ਵਿਦਿਆਰਥੀਆਂ ਨੂੰ ਸਿੱਖਿਆ ਬੋਰਡ ਵੱਲ ਰੁਕ ਕਰਨਾ ਪੈ ਰਿਹਾ ਸੀਗਾ ਤੇ ਇਹਦੀ ਫੀਸ ਜਿਹੜੀ ਸੀ ਉਹ 800 ਰੁਪਏ ਸੀ ਤੇ ਸਰਕਾਰ ਨੇ ਕਿਆ ਸੀ ਕਿ 100 ਰੁਪਏ ਫੀਸ ਹੋਏਗੀ ਬਟ ਤੁਹਾਨੂੰ ਇਥੇ ਗੱਲ ਦੱਸ ਦਵਾਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੇ ਕਹਿ ਰਹੇ ਨੇ ਕਿ ਉਹਨਾਂ ਨੂੰ ਕੋਈ ਵੀ ਨੋਟੀਫਿਕੇਸ਼ਨ ਇਹਦੇ ਰਿਲੇਟਡ ਨਹੀਂ ਆਇਆ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਕੋਲੋਂ 800 ਰੁਪਿਆ ਫੀਸ ਹੀ ਚਾਰਜ ਕੀਤੀ ਜਾ ਰਹੀ ਹੈ ਤਾਂ ਇਹ ਸੀ ਅੱਜ ਦੀ ਇੰਪੋਰਟੈਂਟ ਅਪਡੇਟ ਪਹਿਲੇ ਸਭ ਤੋਂ ਦੇਖ ਲਿਆ ਕਿ ਤੁਹਾਡਾ ਰਿਜ਼ਲਟ ਜਿਹੜਾ ਜਲਦ ਜਲਦ ਜਾਰੀ ਹੋ ਜਾਏਗਾ ਦੂਜਾ ਜਿਹੜੀ ਮੈਟ੍ਰਿਕਿਉਲੇਸ਼ਨ ਦੇ ਪੇਪਰ ਸੀਗੇ ਪੰਜਾਬੀ ਵਿਸ਼ੇ ਦਾ ਪੇਪਰ ਹੋਇਆ ਸੀ ਮੈਟ੍ਰਿਕਿਉਲੇਸ਼ਨ ਦਾ 30 ਤੇ 1 ਮਈ ਨੂੰ ਤੇ ਅਪ੍ਰੈਲ ਤੱਕ 1 ਮਈ ਨੂੰ ਉਹਦਾ ਰਿਜ਼ਲਟ 25 ਮਈ ਨੂੰ ਆ ਜਾਏਗਾ ਤੀਸਰਾ ਕਿ ਜਿਹੜੀ ਫੀਸ ਹੈ ਜੇ ਕਿਸੇ ਸਟੂਡੈਂਟ ਨੂੰ ਲੱਗਦਾ ਹੈ ਕਿ 100 ਰੁਪਿਆ ਫੀਸ ਹੋਈਗੀ 100 ਰੁਪਿਆ ਨਹੀਂ ਹੈ 800 ਰੁਪਏ ਫੀਸ ਹੈ ਉਹਦੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਹਾਲੇ ਤ ਠੀਕ ਹੈ ਤਾਂ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਤੇ ਵੀਡੀਓ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਤਾਂਕਿ ਉਹਨਾਂ ਤੱਕ ਵੀ ਅਪਡੇਟ ਇਹ ਵੀਡੀਓ ਪਹੁੰਚ ਸਕੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਦੁਬਾਰਾ ਕਹਿ ਰਹੀਆਂ ਸੈਨ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਗਾਇਜ਼ ਫॉर ਵਾਚਿੰਗ ਮਾਈ ਵੀਡੀਓ